ਆਂੀਆਂ ਭੇਡਾਂ ਜੀਆਂ ਲੱਗ ਪੈਂਦੀਆਂ ਲੈ ਆ ਗਿਆ ਇਹ ਬਾਦਲਾਂ ਦਾ ਫਲਾਣਾ ਆ ਗਿਆ ਇਹ ਬਾਦਲਾਂ ਦਾ ਫਲਾਣਾ ਐਸੇ ਫਲਾਣੇ ਨੇ ਤੁਹਾਡੀਆਂ ਚੀਕਾਂ ਕਢਾਈਆਂ ਹੀ ਆ ਕੱਲੇ ਨਹੀਂ ਮੈਂ ਕੋਈ ਬਾਦਲਾਂ ਦਾ ਮਦਾਈ ਨਹੀਂ ਹਾਂ ਮੇਰਾ ਸ਼ਰੋਮਣੀ ਕਾਲੀਦਾਵ ਦਾ ਪ੍ਰਧਾਨ ਜਿੱਥੇ ਗਲਤ ਹੋਊ ਹੋ ਕੇ ਕਹੂੰ ਮੈਂ ਕੋਈ ਪੀਟੀਸੀ ਦੀ ਤਰਫਦਾਰੀ ਕਰਨ ਵਾਸਤੇ ਨਹੀਂ ਬੈਠਾ ਤੇ ਨਾ ਮੇਰਾ ਕੋਈ ਲਾਗਾ ਦੇਗਾ ਤੇ ਨਾ ਮੈਨੂੰ ਕੋਈ ਇਹਦੇ ਚੋਂ ਹਿੱਸਾ ਹੀ ਮਿਲਦਾ ਪਰ ਮੈਂ ਪੀਟੀਸੀ ਦੀ ਜੋ ਸੇਵਾਵਾਂ ਨੇ ਖਾਲਸਾ ਪੰਥ ਵਾਸਤੇ ਸਿੱਖ ਧਰਮ ਵਾਸਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਔਰ ਬਿਨਾ ਕਿਸੇ ਪੈਸੇ ਲੈ ਤੂੰ ਉਹਦੀ ਇੱਕ ਬਤੌਰ ਸਿੱਖ ਮੈਂ ਸ਼ਲਾਘਾ ਜ਼ਰੂਰ ਕਰੂੰਗਾ ਇਹ ਵੱਖਰੀ ਗੱਲ ਹੈ ਕਿ 21 ਜੁਲਾਈ ਤੱਕ ਉਹਨਾਂ ਕੋਲੇ ਅਧਿਕਾਰ ਨਹੀਂ ਔਰ ਜਿੱਥੇ ਤੱਕ ਮੇਰੇ ਕੋਲੇ ਜਾਣਕਾਰੀ ਹੈ ਨੇਤ ਦਿਹਾੜੇ ਸਿੜੀ ਸਿਆਪਾ ਪੈਣ ਕਰਕੇ ਨਿਤ ਦਿਹਾੜੇ ਸਵਾਲ ਉਠਾਏ ਜਾਂਦੇ ਕਰਕੇ ਝੂਠੀਆਂ ਗੱਲਾਂ ਬਣਾ ਬਣਾ ਕੇ ਜਿਸ ਤਰ੍ਹਾਂ ਪਹਿਲਾਂ ਅਕਾਲੀ ਦਲ ਦੇ ਵਿਰੁੱਧ ਪ੍ਰਚਾਰ ਕੀਤਾ ਗਿਆ ਸੀਗਾ ਤੇ ਪੀਟੀਸੀ ਦੇ ਨਾਂ ਤੇ ਕੀਤਾ ਜਾਂਦਾ ਸੀ ਤੇ ਕੀਤਾ ਜਾ ਰਿਹਾ ਆ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਪਹਿਲਾਂ ਹੀ ਜੋ ਮੇਰੇ ਕੋਲ ਜਾਣਕਾਰੀ ਹੈ ਕਿ ਪੀਟੀਸੀ ਅਧਾਰਾ ਜਿਹੜਾ ਆ ਉਹ ਆਪਣੀਆਂ ਸੇਵਾਵਾਂ ਤੋਂ ਮੁਕਤ ਹੋਣ ਜਾ ਰਿਹਾ ਹੈ ਉਹ 21 ਤਰੀਕ ਨੂੰ ਪਤਾ ਲੱਗ ਜਾਊਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸੰਬੰਧੀ ਕੀ ਕਦਮ ਚੁੱਕਦੀ ਮੈਂ ਕੋਈ ਬਾਦਲਾਂ ਦਾ ਮਦਾਈ ਨਹੀਂ ਹਾਂ ਮੇਰਾ ਸ਼੍ਰੋਮਣੀ ਕਾਲੀਦਾਵ ਦਾ ਪ੍ਰਧਾਨ ਜਿੱਥੇ ਗਲਤ ਹੋਊ ਥੋਕ ਕੇ ਕਹੂੰ ਜੁਰਤਨਾ ਕਹੂੰ ਪਰ ਜਿੱਥੇ ਸੱਚਾ ਹੈ ਉਥੇ ਡਟ ਕੇ ਖੜੂੰਗਾ ਵੀ ਇੱਕ ਗੱਲ ਨੂੰ ਕੋਈ ਛਡਾ ਦੇ ਮੇਰੀ ਨੂੰ ਆ ਸਿਰਫ ਇੱਕ ਕਤੀੜਾ ਜੀਆਂ ਭੇਡਾਂ ਜੀਆਂ ਲੱਗ ਪੈਂਦੀਆਂ ਲੈ ਆ ਗਿਆ ਬਾਦਲਾਂ ਦਾ ਫਲਾਣਾ ਆ ਗਿਆ ਬਾਦਲਾਂ ਦਾ ਫਲਾਣਾ ਐਸੇ ਫਲਾਣੇ ਨੇ ਤੁਹਾਡੀਆਂ ਚੀਕਾਂ ਕਢਾਈਆਂ ਹੀ ਕੱਲੇ ਨਹੀਂ ਹੋਰੇ ਇੱਕ ਦੋ ਜਣੇ ਕਾਲੀਦਾਰ ਚ ਹਾਂਜੀ ਮੇਰੀ ਗੱਲ ਦੇ ਵਿੱਚ ਕਿਤੇ ਵੀ ਰੰਚਕ ਮਾਤਰ ਵੀ ਝੂਠ ਹੋਵੇ ਤੇ ਜਿੱਥੇ ਮਰਜ਼ੀ ਆ ਜੋ ਕਾਰੀ ਪੈਸੇ ਦੀ ਪੀਟੀਸੀ ਨੂੰ ਤੇ ਡੇਢ ਸਾਲ ਹੋ ਗਿਆ ਇਹਨਾਂ ਨੇ ਦਿੱਤੀ ਤੇ 2012 ਤੋਂ ਲੈ ਕੇ 2017 ਜਦੋਂ ਤੋਂ ਇਹ ਕੀਰਤਨ ਪ੍ਰਸਾਰਨ ਸ਼ੁਰੂ ਹੋਇਆ ਜਾਂ ਇਹ ਕਹ ਲਈਏ ਕਿ ਜਦੋਂ ਤੋਂ ਪੀਟੀਸੀ ਸ਼ੁਰੂ ਹੋਇਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਸਰਕਾਰ ਹੁੰਦਿਆਂ ਹੋਇਆਂ ਐਂਡ ਤੱਕ ਇੱਕ ਪੈਸੇ ਦੀ ਐਡ ਜਿਹੜੀ ਹੈ ਉਹ ਪੀਟੀਸੀ ਨੂੰ ਨਹੀਂ ਦਿੱਤੀ। ਉਸ ਮਨੁੱਖ ਨੇ ਇਸ ਕਰਕੇ ਨਹੀਂ ਦਿੱਤੀ ਕਿ ਕੱਲ ਨੂੰ ਕੋਈ ਇਹ ਸਵਾਲ ਨਾ ਠਾਏ ਕਿ ਸੁਖਬੀਰ ਸਿੰਘ ਬਾਦਲ ਨੇ ਮੁਨਾਫਾ ਲੈਣ ਦੀ ਖਾਤਰ ਨਿੱਜੀ ਮਫਾਦ ਦੀ ਖਾਤਰ ਆਪਦੇ ਪੀਟੀਸੀ ਚੈਨਲ ਨੂੰ ਪੈਸਾ ਦੇ ਦਿੱਤਾ। ਹੁਣ ਜਿਹੜੀ ਗੱਲ ਇਹ ਭਗਵੰਤ ਮਾਨ ਹੋਰੀ ਕਹਿੰਦੇ ਐ ਕਿ ਹਰੇਕ ਚੈਨਲ ਤੇ ਚਲਣੀ ਚਾਹੀਦੀ ਹੈ ਜੀ। ਫਰੀ ਯਰ ਹੋਣਾ ਚਾਹੀਦਾ ਜੀ ਹਾਂਜੀ ਇਹ ਮੁਫਤ ਚ ਮਿਲਣੀ ਚਾਹੀਦੀ ਮੁਫਤ ਜਿੱਦ ਪਹਿਲਾਂ ਮਿਲਦੀ ਹੈ ਨਾ ਕਿਸੇ ਸਿੱਖ ਨੂੰ ਸ਼ਿਕਾਇਤ ਹੈ ਦੁਨੀਆ ਭਰ ਚ ਬੈਠੇ ਕਿਸੇ ਸਿੱਖ ਨੇ ਕਿਸੇ ਆਧਾਰੇ ਨੂੰ ਕਿਸੇ ਐਜੀਪੀਸੀ ਨੂੰ ਕਿਸੇ ਸਿੱਖ ਸੰਸਥਾ ਨੂੰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਕੀਤੀ ਹੋਵੇ ਇਸ ਮਤਲਬਕ ਮੈਨੂੰ ਗੁਰਬਾਣੀ ਨਹੀਂ ਮਿਲਦੀ ਤੇ ਬਿਰਸਾ ਸਿੰਘ ਬਲਟੋਹਾ ਨੂੰ ਵਾਲ ਕੇ ਮਤਲਬ ਉਹਦੀ ਜਵਾਬਦੇਹੀ ਕਰ ਲਿਆ ਜੀ ਜਦੋਂ ਸ਼ਿਕਾਇਤ ਹੀ ਕਿਸੇ ਸਿੱਖ ਨੂੰ ਦੁਨੀਆ ਭਰ ਦੇ ਵਿੱਚ ਜਿਹੜਾ ਕੀਰਤਨ ਪ੍ਰਸਾਰਣ ਹੈ ਉਹ ਹਰੇਕ ਸਿੱਖ ਕੋਲੇ ਇੱਕ ਤਰ੍ਹਾਂ ਮੁਫਤ ਜਾ ਰਿਹਾ ਮੁਫਤ ਹਾਂ ਦੇਸ਼ ਤੁਸੀਂ ਲੈਂਦੇ ਜੇ ਪੰਜਾਬ ਚ ਵੀ ਲੈਂਦੇ ਜੇ ਹਿੰਦੁਸਤਾਨ ਚ ਵੀ ਲੈਂਦੇ ਜੇ ਵਿਦੇਸ਼ਾਂ ਚ ਵੀ ਲੈਂਦੇ ਜੇ ਉੱਥੇ ਤੁਹਾਨੂੰ ਡੈਸ਼ ਲੈਣੀ ਪੈਂਦੀ ਹੈ ਤਾਂ ਡੈਸ਼ ਦੇ ਵਿੱਚ ਪੈਕੇਜ ਹੁੰਦਾ ਹੈ